ਜਦੋਂ ਉਜਾੜੇ ਪਏ ਨੇ ਭਾਜਣਾ ਪਈਆਂ ਜਦੋਂ ਅਤੇ ਬਾਪੂ ਜੀ ਦੱਸਦੇ ਨੇ ਕਿ ਮੱਝ ਤਾਂ ਤੋਰ ਲਈ ਕਿ ਨਿਆਣੇ ਦੁੱਧ ਪੀ ਲੈਣਗੇ ਰਾਹ ਦੇ ਵਿੱਚ ਕਿਤੇ, ਇਹ ਭੁੱਲ ਗਏ ਵੀ ਬਾਲਟੀ ਵੀ ਚਾਹੀਦੀ ਹੈ ਨਾਲ। ਭੱਜ ਕੇ ਪਿੱਛੇ ਗਏ ਅਤੇ ਜਾਂਦਿਆਂ ਨੂੰ ਜਿਹੜੇ ਲੁਟੇਰੇ ਸੀ ਧਾੜਵੀ ਸੀ ਉਸ ਘਰ ਦੇ ਵਿੱਚ ਸਮਾਨ ਖੋ ਖਿੰਚ ਰਹੇ ਸੀ ਆਪਸ ਦੇ ਵਿੱਚ। ਜਿਹੜੇ ਬੰਦੇ ਮੇਰੇ ਬਾਪੂ ਜੀ ਅੱਗੇ ਬੋਲਦੇ ਨਹੀਂ ਸੀ ਉਹਨਾਂ 'ਚੋਂ ਇੱਕ ਦੇ ਹੱਥ 'ਚ ਬਰਸ਼ੀ ਸੀ ਅਤੇ ਉਹਨੇ ਆਖਿਆ ਜੇ ਭਲੀ 'ਚ ਉਹਨਾਂ 'ਤੇ ਇੰਨੀ ਪੈਰੀ ਮੁੜ ਜਾ, ਇੱਕ ਘਰ 'ਚੋਂ ਬਾਲਟੀ ਚੁੱਕਣੀ ਵੀ ਨਹੀਂ ਸੀ। ਉਹ ਇਸ ਸਿੱਖ ਨੂੰ ਹਿੱਕ 'ਚ ਲੈ ਕੇ ਹਮੇਸ਼ਾ ਤੜਫਦੇ ਸੀ ਕਿ ਮੈਂ ਆਪਣੇ ਪਿੰਡ ਨੂੰ ਵੇਖ ਸਕਾਂਗਾ। ਕਿਆ ਉਹ ਵੇਖ ਸਕੇ ਫਿਰ? ਨਾ ਨਹੀਂ ਨਸੀਬ 'ਚ ਨਹੀਂ ਸੀ।